ਛੋਟੀ ਬੇਬੇ ਦੀ ਗੱਲ ਛੱਡੋ, ਮੇਰੀ ਭਾਬੀ ਨੇ ਵਰਤ ਰੱਖਿਆ ਵਿੱਚੋ, ਮੈਂ ਤੁਹਾਨੂੰ ਇਹਨਾਂ ਗੱਲਾਂ ਕਰਕੇ ਸਮਝਾਉਣਾ।
ਵੀ ਵਰਤ ਰੱਖ ਰੱਖਿਆ ਹੈਗਾ। ਹਾਂ ਕਾਹਦਾ ਕਰੂ ਇਹਦਾ, ਇਹਦਾ ਮਤਲਬ ਕੀ ਬਣ ਗਿਆ ਵੀ? ਕਹਿੰਦੀ ਇਹਦਾ ਮਤਲਬ ਇਹ ਬਣ ਗਿਆ, ਕਹਿੰਦੀ ਜਿਹੜਾ ਮੇਰਾ ਪਤੀ ਹੈ ਨਾ ਤੇਰਾ ਵੱਡਾ ਭਾਈ, ਕਹਿੰਦੀ ਇਹਦੀ ਉਮਰ ਵਾਧੂਗੀ ਤੇ ਮੇਰਾ ਭਾਈ ਹੁਣ ਦਰਜੀ ਕੇ ਰੋਜ਼ ਕੁੱਟਦਾ ਬਕੌਰ ਕੁਟਕਾ ਲਾ। ਬੱਚੋ ਜਿਹੜੀ ਜਨਾਨੀ ਸੋਹਣੀ ਹੋਵੇ ਉਹ ਘਰ ਦਾ ਸ਼ਿੰਗਾਰ ਹੁੰਦੀ ਆ, ਜਿਹੜੀ ਬਹਿ ਕੇ ਜਨਾਨੀ ਆ ਉਹ ਘਰ ਦਾ ਖਜ਼ਾਨਾ ਉਹ ਘਰ ਜੋੜ ਲੈਂਦੀ ਆ। ਬੱਚੇ ਮੇਰੀ ਭਾਬੀ ਤਰ੍ਹਾਂ ਕਹਿੰਦਾ ਪੈਸੇ ਮਾੜੇ ਜਿਹਾ ਪੱਕਾ, ਤੇ ਉਹ ਕਿਤੇ ਮੈਨੂੰ ਕਹਿਣ ਲੱਗੀ ਕਹਿੰਦੀ ਜੀ ਮੈਨੂੰ ਇੱਦਾਂ ਸਮਾਨ ਲੈ ਕੇ ਆਓ ਜਿਹੜਾ ਮੇਰਾ ਚਿਹਰਾ ਸਾਫ਼ ਹੋ ਜਾਏ, ਮੈਂ ਸੋਹਣੀ ਲੱਗਾਂ। ਮੈਂ ਕਿਹਾ 5,000 ਰੁਪਇਆ ਲੱਗੂ? ਕਹਿੰਦੀ 5 ਦਾ ਵਾਲਾ। ਮੈਂ ਫਿਰ ਘੁੰਡ ਕੱਢਿਆ ਕਰ। ਬੱਚੇ ਕਿ ਸਾਡੇ ਘਰੇ ਗੱਲ ਮੈਂ ਕਹੀ ਤੀ ਵੀ ਜਦੋਂ ਕੋਈ ਬੰਦਾ ਸੌਂ ਜਾਏ ਉਹਨੂੰ ਉਠਾਇਆ ਨਾ ਕਰੋ, ਸੁੱਤਾ ਮੈਂ ਰਹਿਣ ਦਊ ਪਿਆ। ਸੁਪਨੇ ਗੂੜੀ ਨੀਂਦ ਵਿੱਚ ਕਹਿੰਦੇ ਬੱਚਿਓ, ਜਾਗੋ ਮਿੱਠੀ ਸੁਪਨੇ ਰਹਿੰਦੇ ਆ, ਫਿਰ ਅਸੀਂ ਸੁਪਨੇ ਵੀ ਭੁੱਲ ਜਾਂਦੇ ਹਾਂ। ਸੁਪਨੇ ਸੱਚ ਨਹੀਂ ਹੁੰਦੇ, ਸੁਪਨੇ ਰਾਤ ਮੈਂ ਸੁੱਤਾ ਪਿਆ ਬਸ ਤੇ ਮੈਂ ਉੱਠ ਕੇ ਮੈਂ ਪਾਣੀ। ਬੱਚੇ ਮੇਰੇ ਘਰ ਮੇਰੇ ਕੋਲ ਪਾਣੀ ਲੈ ਕੇ ਆ ਗਈ, ਮੈਂ ਫਿਰ ਸੌਂ ਗਿਆ। ਮੇਰਾ ਭਗਵਾਨ ਪਤੀ ਸੌਂ ਗਿਆ, ਇਹਦੇ ਜਾ ਕੇ ਮੈਂ ਪਾਣੀ ਫੇਰ ਦੇ ਦੂੰ। ਜੀਣੇ ਦੇਖਿਆ ਵੀ ਸੁੱਤੇ ਹੋਵੇ ਤੇ ਸਾਇਆ ਨਾ ਕਰੋ। ਮੈਂ ਬੱਚੇ 2 ਘੰਟੇ ਨਹੀਂ ਉੱਠਿਆ ਸੀਗਾ, ਮੈਂ 2 ਘੰਟੇ ਉੱਠ ਮਗਰ ਫਿਰ ਮੈਂ ਕਿਹਾ ਪਾਣੀ। ਕਹਿੰਦੀ ਲਓ। ਮੈਂ ਬੱਚੇ ਹੈਰਾਨ ਹੋ ਗਿਆ ਇਸ ਗੱਲ ਤੇ, ਮੈਂ ਕਿਹਾ ਇੱਡੀ ਛੇਤੀ ਪਾਣੀ ਮੇਰੇ ਕੋਲ ਕਿਵੇਂ ਲੈ ਕੇ ਆ ਗਈ? ਮੈਨੂੰ ਕਹਿੰਦੀ ਜੀ ਮੈਂ ਤਾਂ 2 ਘੰਟੇ ਦੇ ਇੱਥੇ ਖੜੀ। ਮੈਂ ਕਿਹਾ ਤੂੰ 2 ਘੰਟੇ ਦੇ ਇੱਥੇ ਖੜੀ ਆ? ਮੈਂ ਕਿਹਾ ਤੂੰ ਤਾਂ ਫਿਰ ਮੇਰੀ ਕਿੰਨੀ ਸੇਵਾ ਕਰਦੀ ਆ, ਅੱਜ ਮੈਂ ਇੱਥੇ ਮੰਗ ਕੀ ਮੰਗਦੀ ਆ? ਮੰਗ। ਕਹਿੰਦੀ ਭਰਨ ਲੈ ਤਾਂ ਲਾ ਕੇ ਦੇ ਦੇ। ਹੋਰ ਕੋਈ ਦੂਜੀ ਗੱਲ ਨਹੀਂ ਕੀਤੀ ਜਾਂਦੀ। ਹੁਣ ਤੁਸੀਂ ਤਰਸ ਕਰ ਸਕਦੇ ਹੋ ਭਾਈ, ਤੂੰ ਜਾ ਕੇ ਸਕੂਲ ਵਿੱਚ ਮਿਲ ਗਿਆ ਆ, ਮੈਂ ਤੁਹਾਡੀ ਤਰਸ ਕਰਨ ਆਇਆ। ਬੱਚਿਓ ਜੇ ਸਕੂਲ ਦੇ ਬੱਚੇ ਲਈ ਲੱਗਦਾ ਨੀ ਇੱਥੇ ਤੇ ਮਗਰ ਸਕੂਲ ਨਹੀਂ ਲੱਗਦੇ, ਲੈ ਮੈਨੂੰ ਖਾਣਾ ਦੇਖ ਲਓ, ਕੰਨਾਂ ਨਾਲ ਮੇਰੀ ਗੱਲ ਸੁਣ ਲਓ। ਇਹ ਪੱਤੇ ਤੁਹਾਨੂੰ ਸਾਰਿਆਂ ਨੂੰ ਦੀਦੇ ਨੇ, ਇਹ ਪੱਤੇ ਨੇ ਬੱਚਿਓ ਮੇਰੇ ਕੋਲ ਪਿਆਰ ਕਹਿੰਦੇ ਗਿਣ ਕੇ ਚੱਲ ਨੱਬੇ ਤੂੰ ਚਾਰ ਕਦ ਪਈ ਜਾਂਦਾ ਕੋਈ ਵੀ ਕੰਮ ਕਰਨ ਸਮੇਂ ਕਾਲੀ ਨਾ ਕਰਿਆ ਕਰੋ, ਕਾਲੀ ਨਾਲ ਮਸਲੇ ਵਿਗੜ ਜਾਂਦੇ ਆ। ਕਾਲੀ ਨਾਲ ਮਸਲੇ ਉਦਾਹਰਣ ਵਿਗੜ ਜਾਂਦੇ ਬਾਈ। ਬੱਚੋ ਇੱਕ ਪਿੰਡ ਵਿੱਚ ਨਾ ਇੱਕ ਵਿਆਹ ਸੀਗਾ, ਇੱਕ ਕੁੜੀ ਵਿਆਹ ਵਿੱਚ ਆ ਗਈ, ਹਫ਼ਤਾ ਉਹਨਾਂ ਦੇ ਘਰੇ ਪਹਿਲੀ ਆ ਗਈ। ਉਹਨਾਂ ਦਾ ਕੰਮ ਧੰਦਾ ਕਰਨ, ਉਹਨਾਂ ਦੇ ਘਰ ਦੇ ਨੇੜੇ ਸੀ ਹਸਪਤਾਲ, ਘਰ ਦੇ ਨੇੜੇ ਸੀ। ਉਹ ਕੁੜੀ ਜਾ ਕੇ ਕਹਿੰਦੀ ਹਸਪਤਾਲ 'ਚ, ਡਾਕਟਰ ਸਾਹਿਬ ਡਾਕਟਰ ਸਾਹਿਬ ਆ ਮੇਰੀ ਨਬਜ਼ ਦੇਖੋ ਮੈਨੂੰ ਕੀ ਬਿਮਾਰੀ ਹੋ ਗਈ, ਮੈਂ ਪਤਾ ਨਹੀਂ ਕੀ ਵੱਧ ਘੱਟ ਦਿਖਾ ਗਈ। ਉਹ ਡਾਕਟਰ ਕਹਿੰਦਾ ਕੁੜੀਏ ਮੈਂ ਤੈਨੂੰ ਬਿਨਾਂ ਨਾਪ ਤੋਂ ਮਾਰੀ ਦੱਸ ਦੂੰਗਾ, ਤੂੰ ਪਿੱਛੋਂ ਕੇ ਖੜਦਾ, ਤੂੰ ਪਿੱਛੋਂ ਕੇ ਉਹ ਡਾਕਟਰ ਕਹਿੰਦਾ ਕਹਿੰਦਾ ਕੁੜੀ ਦੇਖ ਭਾਈ ਤੈਨੂੰ ਭੁੱਖ ਬਹੁਤ ਘੱਟ ਲੱਗਦੀ ਹੋਣੀ। ਕਹਿੰਦੀ ਹਾਂਜੀ। ਡਾਕਟਰ ਕਹਿੰਦਾ ਕੁੜੀ ਕੱਪੜੇ ਬਹੁਤ ਸੋਹਣੇ ਪਾ ਕੇ ਦਿੱਤਾ ਭਾਈ। ਕਹਿੰਦੀ ਸੀ ਜੀ ਇਹਨਾਂ ਦੇ ਵਿਆਹ ਕੀਤਾ ਹੋਇਆ ਜੀ। ਉਹ ਡਾਕਟਰ ਕਹਿੰਦਾ ਕੁੜੀ ਭਾਈ ਤੇਰੀ ਨਿਗਾਹ ਬਹੁਤ ਘੱਟ ਆ। ਕਹਿੰਦੀ ਨਾ ਜੀ ਨਿਗਾਹ ਤਾਂ ਮੇਰੀ ਪੂਰੀ ਤੇਜ਼ ਆ। ਡਾਕਟਰ ਕਹਿੰਦਾ ਬਾਹਰ ਪੜ੍ਹ ਕੇ ਦੇਖ ਲੈ, ਕਹਿੰਦਾ ਤਾਂ ਪਸ਼ੂ ਵਾਲਾ ਤੂੰ ਬਤਾ।